ਹੈਲੋ ਦੋਸਤੋ, ਸਾਡੇ ਚੈਨਲ ਜਨਰਲ ਨੌਲੇਜ ਵਿਲਾ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਪੰਜਾਬੀ ਯੂਨੀਵਰਸਿਟੀ ਵਿੱਚ ਆਈਆਂ ਸਫਾਈ ਸੇਵਕਾਂ, ਸੁਪਰਵਾਈਜ਼ਰ, ਕੁੱਕ, ਕੇਅਰ ਟੇਕਰ ਦੀਆਂ ਅਸਾਮੀਆਂ ਬਾਰੇ ਦੱਸਾਂਗਾ। ਤਾਂ ਦੋਸਤੋ, ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਚਾਹਾਂਗਾ ਕਿ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਜੋਬਸ ਬਾਰੇ ਅਪਡੇਟ ਮਿਲਦੀਆਂ ਰਹਿਣ। ਤਾਂ ਦੋਸਤੋ, ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਤਾਂ ਦੋਸਤੋ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਆਪਣੀ ਵੈਬਸਾਈਟ 'ਤੇ ਇੱਕ ਨੋਟੀਫਿਕੇਸ਼ਨ ਪਾਇਆ ਹੈ ਜਿਸ ਵਿੱਚ ਉਹਨਾਂ ਨੇ ਸੇਵਾਦਾਰ, ਸਿਕਿਉਰਿਟੀ ਗਾਰਡ, ਸਫਾਈ ਸੇਵਕ, ਅਲਾਈ ਸਰਵਿਸਿਜ ਦੀ ਭਰਤੀਆਂ ਵਾਸਤੇ ਵਾਕ ਇਨ ਇੰਟਰਵਿਊ ਰੱਖਿਆ ਹੈ ਅਤੇ ਇਹਨਾਂ ਅਸਾਮੀਆਂ ਦੀ ਕੁੱਲ ਗਿਣਤੀ 650 ਹੈ ਅਤੇ ਮੈਂ ਤੁਹਾਨੂੰ ਇਹਨਾਂ ਬਾਰੇ ਡਿਟੇਲ ਵਿੱਚ ਦੱਸਾਂਗਾ। ਇਹਨਾਂ ਦੀ ਯੋਗਿਅਤਾ ਅਤੇ ਇੰਟਰਵਿਊ ਦੀ ਮਿਤੀ, ਸਮਾਂ, ਇਸ ਬਾਰੇ ਤੁਹਾਨੂੰ ਮੈਂ ਦੱਸਾਂਗਾ। ਤਾਂ ਦੋਸਤੋ, ਜੋ ਸਭ ਤੋਂ ਪਹਿਲਾਂ ਅਸਾਮੀ ਹੈ ਉਹ ਹੈ ਸੇਵਾਦਾਰ। ਸੇਵਾਦਾਰ ਵਿੱਚ ਇਹਨਾਂ ਨੇ ਯੋਗਤਾ ਰੱਖੀ ਹੈ 8ਵੀਂ ਪੰਜਾਬੀ ਵਿਸ਼ੇ ਨਾਲ ਪਾਸ ਹੋਣੀ ਜ਼ਰੂਰੀ ਹੈ ਅਤੇ ਘੱਟੋ ਘੱਟ ਤੁਹਾਨੂੰ 5 ਸਾਲ ਦਾ ਤਜਰਬਾ ਹੋਣਾ ਜ਼ਰੂਰੀ ਹੈ। ਇਸ ਲਈ ਇਹਨਾਂ ਨੇ ਇੰਟਰਵਿਊ 31/7/2019 ਨੂੰ ਰੱਖਿਆ ਹੈ ਅਤੇ ਸਮਾਂ 10 ਵਜੇ ਹੈ। ਸਥਾਨ ਜੋ ਹੈ ਪ੍ਰਬੰਧਕੀ ਬਲਾਕ ਨੰਬਰ 1 ਹੈ। ਇਸ ਦੀਆਂ ਜੋ ਕੁੱਲ ਅਸਾਮੀਆਂ ਹਨ 115 ਹਨ ਅਤੇ ਦੂਸਰੀ ਜੋ ਅਸਾਮੀ ਹੈ ਉਹ ਹੈ ਸਫਾਈ ਸੇਵਕ ਅਤੇ ਸੁਪਰਵਾਈਜ਼ਰ। ਇਸ ਦੀਆਂ ਜੋ ਕੁੱਲ ਅਸਾਮੀਆਂ ਹਨ ਉਹ 210 ਹਨ। ਇਸ ਵਿੱਚ ਇਹਨਾਂ ਨੇ ਸ਼ਰਤ ਰੱਖੀ ਹੈ ਕਿ 5 ਸਾਲ ਦਾ ਘੱਟੋ ਘੱਟ ਤਜਰਬਾ ਹੋਣਾ ਚਾਹੀਦਾ ਹੈ ਅਤੇ ਜੋ ਕੈਂਡੀਡੇਟ ਹੈ ਉਹ ਪੰਜਾਬੀ ਪੜ੍ਹ ਲਿਖ ਸਕਦਾ ਹੋਵੇ। ਅਤੇ ਇਸ ਲਈ ਇਹਨਾਂ ਨੇ ਇੰਟਰਵਿਊ ਦੀ ਮਿਤੀ ਰੱਖੀ ਹੈ 1/8/2019 ਨੂੰ ਅਤੇ ਸਮਾਂ ਇਸ ਦਾ ਵੀ 10 ਵਜੇ ਸਵੇਰੇ ਹੈ ਅਤੇ ਇਸ ਦਾ ਜੋ ਸਥਾਨ ਹੈ ਕਾਰਜਕਾਰੀ ਇੰਜੀਨੀਅਰਿੰਗ ਵਿਭਾਗ ਹੈ। ਜੋ ਤੀਸਰੀ ਹੈ ਇਸ ਵਿੱਚ ਇਹਨਾਂ ਨੇ ਸਿਕਿਉਰਿਟੀ ਸੁਪਰਵਾਈਜ਼ਰ, ਸਿਕਿਉਰਿਟੀ ਗਾਰਡ ਜੋ ਹਨ 295 ਅਸਾਮੀਆਂ ਹਨ। ਇਸ ਲਈ ਇਹਨਾਂ ਨੇ ਜੋ ਯੋਗਤਾ ਰੱਖੀ ਹੈ ਉਹ ਵੀ ਸੇਮ ਹੀ ਰੱਖੀ ਹੈ ਕਿ 8ਵੀਂ ਪੰਜਾਬੀ ਵਿਸ਼ੇ ਨਾਲ ਪਾਸ ਹੋਵੇ ਅਤੇ ਕਿਸੇ ਯੂਨੀਵਰਸਿਟੀ ਵਿੱਚ ਘੱਟੋ ਘੱਟ 5 ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ। ਅਤੇ ਇਸ ਲਈ ਜੋ ਇੰਟਰਵਿਊ ਦੀ ਮਿਤੀ ਰੱਖੀ ਹੈ ਉਹ 5/8/2019 ਹੈ ਅਤੇ ਸਮਾਂ 10 ਵਜੇ ਸਵੇਰੇ ਹੈ ਅਤੇ ਸਥਾਨ ਸੁਰੱਖਿਆ ਕਮ ਟਰਾਂਸਪੋਰਟ ਵਿਭਾਗ ਰੱਖਿਆ ਹੈ। ਦੋਸਤੋ, ਅਗਲੀ ਅਸਾਮੀ ਦੀ ਗੱਲ ਕਰੀਏ ਤਾਂ ਮਸਾਲਚੀ। ਇਸ ਦੀਆਂ ਕੁੱਲ ਅਸਾਮੀਆਂ ਹਨ 5 ਅਤੇ ਇਸ ਦੀ ਜੋ ਯੋਗਤਾ ਹੈ ਇਹਨਾਂ ਨੇ ਬਸ ਇਹ ਰੱਖਿਆ ਹੈ ਕਿ ਕੇਵਲ ਭਾਂਡੇ ਮਾਂਜਣੇ ਆਉਣੇ ਚਾਹੀਦੇ ਹਨ ਅਤੇ ਕਿਸੇ ਵੀ ਯੂਨੀਵਰਸਿਟੀ ਵਿੱਚ ਘੱਟੋ ਘੱਟ 5 ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ। ਇਸ ਦੀ ਇੰਟਰਵਿਊ ਦੀ ਮਿਤੀ 31/7/2019 ਰੱਖੀ ਹੈ ਅਤੇ ਸਮਾਂ 3 ਵਜੇ ਬਾਅਦ ਦੁਪਹਿਰ ਦਾ ਹੈ ਅਤੇ ਸਥਾਨ ਪ੍ਰਬੰਧਕੀ ਬਲਾਕ ਨੰਬਰ 1 ਹੈ। ਅਤੇ ਜੋ ਨੈਕਸਟ ਅਸਾਮੀ ਹੈ ਉਹ ਹੈ ਕੇਅਰ ਟੇਕਰ। ਇਸ ਦੀਆਂ ਵੀ ਕੁੱਲ ਅਸਾਮੀਆਂ 5 ਹਨ। 10ਵੀਂ 2nd Division ਨਾਲ ਪਾਸ ਹੋਣੀ ਚਾਹੀਦੀ ਹੈ ਅਤੇ ਕਿਸੇ ਵੀ ਯੂਨੀਵਰਸਿਟੀ ਵਿੱਚ ਘੱਟ ਤੋਂ ਘੱਟ 5 ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ ਅਤੇ ਮਿਤੀ ਜੋ ਇਸ ਦੀ ਇੰਟਰਵਿਊ ਦੀ ਹੈ ਉਹ ਹੈ 31/7/2019 ਅਤੇ ਸਮਾਂ 3:30 ਵਜੇ ਬਾਅਦ ਦੁਪਹਿਰ ਦਾ ਹੈ ਅਤੇ ਇਸ ਦਾ ਜੋ ਸਥਾਨ ਹੈ ਪ੍ਰਬੰਧਕੀ ਬਲਾਕ ਨੰਬਰ 1 ਹੈ। ਤੋ ਜੋ 6ਵੇਂ ਨੰਬਰ ਦੀ ਅਸਾਮੀ ਹੈ ਉਸਦਾ ਨਾਮ ਕੁੱਕ ਹੈ ਅਤੇ ਇਸ ਦੀਆਂ ਵੀ ਅਸਾਮੀਆਂ 5 ਹਨ ਅਤੇ ਇਸ ਜੋ ਯੋਗਤਾ ਹੈ ਉਹ ਕਿਸੇ ਵੀ ਯੂਨੀਵਰਸਿਟੀ ਵਿੱਚ ਘੱਟੋ ਘੱਟ 5 ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ ਅਤੇ ਮਿਤੀ 31/7/2019 ਅਤੇ ਸਮਾਂ 4 ਵਜੇ ਦੁਪਹਿਰ ਦਾ ਰੱਖਿਆ ਹੈ ਅਤੇ ਸਥਾਨ ਪ੍ਰਬੰਧਕੀ ਬਲਾਕ ਨੰਬਰ 1 ਹੈ। ਅਤੇ ਜੋ ਨੈਕਸਟ ਅਸਾਮੀ 7ਵੇਂ ਨੰਬਰ ਦੀ ਹੈ ਲਿਫਟ ਅਟੈਂਡੈਂਟ ਦੀ ਹੈ। ਇਸ ਵਿੱਚ ਵੀ ਕੁੱਲ 5 ਅਸਾਮੀਆਂ ਹਨ ਅਤੇ ਇਸ ਵਿੱਚ 8ਵੀਂ ਪੰਜਾਬੀ ਵਿਸ਼ੇ ਨਾਲ ਪਾਸ ਹੋਣੀ ਜ਼ਰੂਰੀ ਹੈ ਅਤੇ ਇਸ ਵਿੱਚ ਵੀ ਕਿਸੇ ਯੂਨੀਵਰਸਿਟੀ ਵਿੱਚ ਘੱਟੋ ਘੱਟ 5 ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ ਅਤੇ ਮਿਤੀ ਇਸ ਦੀ ਜੋ ਇੰਟਰਵਿਊ ਦੀ ਮਿਤੀ ਹੈ 31/7/2019 ਹੈ ਅਤੇ ਸਮਾਂ 4:30 ਵਜੇ ਦੁਪਹਿਰ ਬਾਅਦ ਹੈ ਅਤੇ ਸਥਾਨ ਪ੍ਰਬੰਧਕੀ ਬਲਾਕ ਨੰਬਰ 1 ਹੈ। ਅਤੇ ਜੋ ਲਾਸਟ ਨੰਬਰ ਵਾਲੀ ਵੈਕੈਂਸੀ ਹੈ 8ਵੇਂ ਨੰਬਰ ਵਾਲੀ ਵੈਕੈਂਸੀ ਮਾਲੀ ਦੀ ਵੈਕੈਂਸੀ ਹੈ। ਇਸ ਵਿੱਚ ਕੁੱਲ 10 ਅਸਾਮੀਆਂ ਹਨ ਅਤੇ ਇਸ ਵਿੱਚ ਯੋਗਤਾ ਹੈ 8ਵੀਂ ਪੰਜਾਬੀ ਵਿਸ਼ੇ ਨਾਲ ਪਾਸ ਹੋਣੀ ਜ਼ਰੂਰੀ ਹੈ ਅਤੇ ਕਿਸੇ ਵੀ ਯੂਨੀਵਰਸਿਟੀ ਵਿੱਚ ਬਾਗਬਾਨੀ ਦੇ ਖੇਤਰ ਵਿੱਚ ਬੂਟਿਆਂ, ਲਾਂਜ ਆਦਿ ਦੀ ਸਾਂਭ ਸੰਭਾਲ ਦਾ ਘੱਟੋ ਘੱਟ 5 ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ ਅਤੇ ਇਸ ਦੀ ਜੋ ਇੰਟਰਵਿਊ ਦੀ ਮਿਤੀ ਹੈ 31/7/2019 ਰੱਖੀ ਗਈ ਹੈ। ਸਮਾਂ ਬਾਅਦ ਦੁਪਹਿਰ 2:30 ਵਜੇ ਦਾ ਰੱਖਿਆ ਗਿਆ ਅਤੇ ਸਥਾਨ ਪ੍ਰਬੰਧਕੀ ਬਲਾਕ ਨੰਬਰ 1 ਰੱਖਿਆ ਗਿਆ ਹੈ।
ਤਾਂ ਦੋਸਤੋ ਇਹਨਾਂ ਅਸਾਮੀਆਂ ਬਾਰੇ ਮੈਂ ਤੁਹਾਨੂੰ ਇੱਕ ਹੋਰ ਜ਼ਰੂਰੀ ਜਾਣਕਾਰੀ ਦੇ ਦੇਵਾਂ ਕਿ ਤੁਹਾਡੇ ਜੋ ਪਿਛਲੇ 5 ਸਾਲਾਂ ਦਾ ਜੋ ਵਰਕ ਐਕਸਪੀਰੀਅੰਸ ਹੈ ਉਹਨਾਂ ਦਾ ਸਰਟੀਫਿਕੇਟ ਤਸਦੀਕਸ਼ੁਦਾ ਕਾਪੀ ਮੰਗੀ ਜਾ ਸਕਦੀ ਹੈ ਅਤੇ ਹੋਰ ਵੀ ਹਦਾਇਤਾਂ ਬਾਰੇ ਤੁਸੀਂ ਓਫੀਸ਼ੀਅਲ ਨੋਟੀਫਿਕੇਸ਼ਨ ਨੂੰ ਚੰਗੀ ਤਰ੍ਹਾਂ ਪੜ੍ਹ ਲੈਣਾ ਹੈ ਤਾਂ ਕਿ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ। ਤਾਂ ਜ਼ਰੂਰੀ ਹਦਾਇਤਾਂ ਦੇ ਵਿੱਚ ਮੈਂ ਤੁਹਾਨੂੰ ਦੱਸ ਦੇਵਾਂ ਕਿ ਤੁਸੀਂ ਆਪਣੀ ਅਸਲ ਸਰਟੀਫਿਕੇਟ ਦੇ ਨਾਲ ਨਾਲ 2-2 ਫੋਟੋ ਕਾਪੀਆਂ ਅਤੇ 1 ਪਾਸਪੋਰਟ ਸਾਈਜ਼ ਫੋਟੋ ਵੀ ਲੈ ਕੇ ਜਾਣੀ ਹੈ। ਅਤੇ ਇਹਨਾਂ ਨੇ ਇੱਥੇ ਇੱਕ ਗੱਲ ਜ਼ਰੂਰੀ ਦੱਸੀ ਹੈ ਕਿ ਇੱਥੇ ਲਿਖਿਆ ਹੈ ਕਿ ਇੱਥੇ ਸਪਸ਼ਟ ਕੀਤਾ ਜਾਂਦਾ ਹੈ ਕਿ ਇਹ ਅਸਾਮੀਆਂ ਕੇਵਲ ਦਿਹਾੜੀਦਾਰ ਕਾਮਿਆਂ ਨੂੰ ਰੱਖਣ ਲਈ ਵਿਗਿਆਪਿਤ ਕੀਤੀਆਂ ਗਈਆਂ ਹਨ। ਅਤੇ ਨਾਲ ਹੀ ਇਹਨਾਂ ਨੇ ਦੱਸਿਆ ਕਿ ਨਿਯੁਕਤੀ ਦੀ ਸੂਰਤ ਵਿੱਚ ਕਰਮਚਾਰੀਆਂ ਦੀ ਤੈਨਾਤੀ ਯੂਨੀਵਰਸਿਟੀ ਦੇ ਕਿਸੇ ਬਾਹਰਲੇ ਸੈਂਟਰ, ਕਾਲਜ, ਨੇਬਰਹੁੱਡ, ਰੀਜਨਲ ਸੈਂਟਰ ਵਿਖੇ ਵੀ ਕੀਤੀ ਜਾ ਸਕਦੀ ਹੈ। ਤਾਂ ਦੋਸਤੋ ਇਹ ਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਆਈਆਂ ਭਰਤੀਆਂ ਸੰਬੰਧੀ ਨੋਟੀਫਿਕੇਸ਼ਨ। ਤਾਂ ਹੋਰ ਵੀ ਜੋਬਸ ਬਾਰੇ ਅਪਡੇਟ ਲੈਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਧੰਨਵਾਦ।